ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਐਕਸਾਈਜ਼ ਡਿਪਾਰਟਮੈਂਟ ਤੇ ਦੇਖੋ ਕਿਸ ਨੇ ਲਗਾਏ ਇਲਜ਼ਾਮ ਨਾਜਾਇਜ਼ ਤੰਗ ਕੀਤੇ ਜਾਣ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਨਾਜਾਇਜ਼ ਅਲਕੋਹਲ ਬੰਦ ਕਰਨ ਲਈ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਦੀਪ ਸਿੰਘ ਤੇ ਸ਼ਰਾਬ ਦੇ ਠੇਕੇਦਾਰ ਨੂੰ ਕਿਸੇ ਵੱਲੋਂ ਗੁਪਤ ਇਤਲਾਹ ਮਿਲਣ ਤੇ ਮੁਹੱਲਾ ਸ਼ੇਖਪੁਰਾ ਵਿੱਚ ਰਹਿੰਦੇ ਗੁਰਭੇਜ ਸਿੰਘ ਰਿਪੂ, ਜੋ ਕਿ ਇੱਟਾਂ ਦਾ ਕਾਰੋਬਾਰ ਕਰਦਾ ਹੈ, ਉਸ ਦੇ ਘਰ ਛਾਪੇਮਾਰੀ ਕੀਤੀ ਗਈ, ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਇਸ ਮੌਕੇ ਰਿਪੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇ ਦੌਰਾਨ ਕਿਹਾ ਕਿ ਮੇਰਾ ਇੱਟਾਂ ਦਾ ਕਾਰੋਬਾਰ ਹੈ, ਮੈਂ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹਾਂ, ਜਦਕਿ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਵੀ ਅਜਿਹਾ ਪਿਛੋਕੜ ਨਹੀਂ ਹੈ ਜਿਸ ਤੋਂ ਇਹ ਸਾਬਿਤ ਹੁੰਦਾ ਹੋਵੇ ਕਿ ਮੈਂ ਗੈਰ ਕਾਨੂੰਨੀ ਧੰਦਾ ਕਰਦਾ। ਪਰ ਇਸ ਦੇ ਬਾਵਜੂਦ ਵੀ ਅੱਜ ਮੇਰੇ ਘਰ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰ ਦੇ ਕਰਿੰਦੇ ਇਹ ਕਹਿ ਕੇ ਘਰ ਵਿੱਚ ਦਾਖਲ ਹੋ ਗਏ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਤੁਹਾਡੇ ਘਰ ਵਿੱਚ ਨਾਜਾਇਜ਼ ਤੌਰ ਤੇ ਅੰਗਰੇਜ਼ੀ ਸ਼ਰਾਬ ਦੀਆਂ 10 ਪੇਟੀਆਂ ਪਈਆਂ ਹੋਈਆਂ ਹਨ, ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰ ਦੇ ਕਰਿੰਦਿਆਂ ਨੇ ਪੱਤ-ਪੱਤ ਫੋਲਿਆ, ਪਰ ਕੁਝ ਵੀ ਨਹੀਂ ਮਿਲਿਆ। ਛਾਪੇਮਾਰੀ ਦੌਰਾਨ ਗੁਰਭੇਜ ਸਿੰਘ ਰਿਪੂ ਨੇ ਐਕਸਾਈਜ਼ ਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਵੀ ਖਾਧੀ ਕਿ ਮੈਂ ਅਜਿਹਾ ਕੋਈ ਵੀ ਗੈਰ ਕਾਨੂੰਨੀ ਕੰਮ ਧੰਦਾ ਨਹੀਂ ਕਰਦਾ। ਉਸਨੇ ਕਿਹਾ ਕਿ ਅਸੀਂ ਇੱਜ਼ਤ ਵਾਲੇ ਹਾਂ, ਪਰ ਉੱਥੇ ਕਿਸੇ ਵੀ ਅਧਿਕਾਰੀ ਨੇ ਉਸਦੀ ਨਹੀਂ ਸੁਣੀ ਅਤੇ ਆਪਣੀ ਛਾਪੇਮਾਰੀ ਜਾਰੀ ਰੱਖੀ। ਪਰ ਛਾਪੇਮਾਰੀ ਦੌਰਾਨ ਕੁਝ ਵੀ ਬਰਾਮਦ ਨਾ ਹੋਣ ਤੇ ਰਿਪੂ ਦੇ ਪਰਿਵਾਰ ਨੇ ਐਕਸਾਈਜ਼ ਵਿਭਾਗ ਅਤੇ ਸ਼ਰਾਬ ਠੇਕੇਦਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ। ਇਸ ਮਾਮਲੇ ਨੂੰ ਲੈ ਕੇ ਘਰ ਵਾਲਿਆਂ ਨੇ ਸ਼ਰਾਬ ਦੇ ਠੇਕੇਦਾਰ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਮੁਹੱਲੇ ਵਿੱਚ ਜੋ ਸ਼ਰਾਬ ਦਾ ਧੰਦਾ ਕਰਦੇ ਹਨ, ਇਹ ਲੋਕ ਉਹਨਾਂ ਵੱਲ ਕਦੇ ਵੀ ਨਹੀਂ ਜਾਂਦੇ, ਕਿਉਂਕਿ ਇਹ ਸ਼ਰਾਬ ਵੇਚਣ ਵਾਲਿਆਂ ਕੋਲੋਂ ਆਪ ਮਹੀਨਾ ਲੈਂਦੇ ਹਨ। ਪਰਿਵਾਰ ਨੇ ਆਪਣਾ ਦੁੱਖ ਰੋ ਰੋ ਕੇ ਦੱਸਿਆ। ਜਿਨ੍ਹਾਂ ਘਰਾਂ ਵਿੱਚ ਨਸ਼ਾ ਮਿਲਦਾ ਹੈ, ਉਹਨਾਂ ਘਰਾਂ ਵਿੱਚੋਂ ਐਕਸਾਈਜ਼ ਵਿਭਾਗ ਦੇ ਲੋਕ ਪੈਸਾ ਲੈ ਕੇ ਚੁੱਪ ਚਾਪ ਆ ਜਾਂਦੇ ਨੇ। ਕੀ ਗੱਲ ਹੈ, ਦੱਸੋ ਹੁਣ ਸ਼ੁਰੂ। ਹਾਂ ਦੱਸੋ। ਇੱਕ ਮੈਂ ਆਮ ਇਨਸਾਨ ਆ ਜੀ, ਇੱਟਾਂ ਦਾ ਕੰਮ ਆ ਮੇਰਾ ਜੀ, ਜੰਡਿਆਲੇ ਗੁਰੂ ਦੇ ਵਿੱਚ ਇਕੱਲਾ ਇਕੱਲਾ ਬੰਦਾ ਮੈਨੂੰ ਜਾਣਦਾ। ਕਿਸੇ ਨੇ ਮੇਰੇ ਨਾਲ ਨਜਾਇਜ਼ ਧੱਕਾ ਕਰਨ ਦੀ ਸਾਜਿਸ਼ ਰਚੀ ਤੇ ਮੇਰੇ ਘਰ ਐਕਸਾਈਜ਼ ਮਹਿਕਮੇ ਵਾਲੇ ਭੇਜੇ ਕਿ ਇਹ ਸ਼ਰਾਬ ਦਾ ਕੰਮ ਕਰਦਾ। ਇਹਨਾਂ ਦੇ ਕੋਲੋਂ ਕੁਛ ਵੀ ਨਹੀਂ ਬਰਾਮਦ ਹੋਇਆ। ਠੀਕ ਹੈ ਨਾ, 2 ਘੰਟੇ ਸਾਡੇ ਘਰ ਰਹੇ ਆ, ਜਿੱਥੇ ਵੇਖਦੀ ਪਈ ਆ ਨਸ਼ਾ, ਜਿੱਥੇ ਵੇਖਦਾ ਪਿਆ ਉੱਥੇ ਇਹਨਾਂ ਕੋਲ ਫੜਿਆ ਨਹੀਂ ਜਾਂਦਾ। ਇਹਨਾਂ ਦੇ ਬੰਦੇ ਪੈਸੇ ਲੈ ਕੇ ਖੁਦ ਨਸ਼ਾ ਵਿਕਾਉਂਦੇ, ਮੈਂ ਕਹੂੰਗਾ ਪੈਸੇ ਚੜ੍ਹਦੇ ਪਏ ਆ ਜੀ। ਮੈਨੂੰ ਨਾ ਨੀ ਪਤਾ, ਐਕਸਾਈਜ਼ ਵਾਲੇ ਖੁਦ ਇਹਨਾਂ ਦੇ ਬੰਦੇ ਉਸੇ ਵੇਲੇ ਦੱਸ ਦਿੰਦੇ ਕਿ ਰੇਟ ਹੋਣ ਲੱਗਾ ਵਾ ਇਸ ਮਹੱਲੇ ਦੇ ਵਿੱਚ, ਉਸੇ ਵੇਲੇ ਫਿਰ ਆ ਗੱਲ ਕਰਦੇ। ਠੀਕ ਹੈ ਨਾ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਵਾਂ ਕਿ ਜਿਹੜੇ ਕਰਦੇ ਆ ਕ੍ਰਾਈਮ ਆ ਉਹਨਾਂ ਨੂੰ ਫੜਿਆ ਜਾਵੇ, ਸਖ਼ਤ ਸਜ਼ਾ ਦਿੱਤੀ ਤਾਂ ਨਜਾਇਜ਼ ਬੰਦੇ ਨਾਲ ਧੱਕਾ ਨਾ ਕੀਤਾ ਜਾਵੇ। ਮੈਂ ਤੁਹਾਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਵਾਂ। ਠੀਕ ਹੈ ਨਾ, ਕਹੀਆਂ ਵਾਂ ਪਰ ਤੇ ਠੀਕ ਹੈ ਨਾ। ਕੀ ਕੀ ਗੱਲ ਹੋਈ ਆ? ਅਸੀਂ ਮੈਂ ਬਣਿਆਣਾ ਧੋਣ ਲੱਗੀ ਆ, ਮੈਂ ਮੁੰਡਾ ਘਰ ਨਹੀਂ ਸੀਗਾ, ਮੈਂ ਚੱਲੀ ਆ, ਮੈਂ ਇੱਥੇ ਮਰਗ ਹੋ ਗਈ ਜੀਤੇ ਦੀ। ਮੈਂ ਕੁੜੀ ਨੂੰ ਕਹਿੰਦੀ, ਤੁਸੀਂ ਵੈਸੇ ਕਾਹਦਾ ਕੰਮ ਕਰਦੇ? ਅਸੀਂ ਇੱਟਾਂ ਵੇਚਦੇ ਆ। ਅੱਛਾ, ਤੇ ਤਾਂ ਰਿਤ ਕਿਉਂ ਸ਼ਰਾਬ ਇਹਦੇ ਕੰਮ ਨਾ ਕਰਦੇ? ਨਜਾਇਜ਼ ਧੱਕਾ, ਨਜਾਇਜ਼ ਧੱਕਾ, ਉਹ ਸਿਲਾਈ ਮਸ਼ੀਨਾਂ ਪਈਆਂ ਦੋ। ਅੱਛਾ, ਅਸੀਂ ਘਰ ਮਿਹਨਤ ਕਰਨੇ ਆ। ਠੀਕ ਹੈ ਨਾ,
ਇਹਨਾਂ ਨੂੰ ਪਤਾ ਸ਼ਾਸਨ ਤੇ ਕੀ ਮੰਗ ਕਰਦੇ ਪਰ ਇਹ ਨਹੀਂ ਕਰਦੇ ਸਾਨੂੰ ਨੰਗਿਆ ਕੀਤਾ ਉਹਨਾਂ ਨੇ ਸਾਨੂੰ ਨੰਗਿਆ ਕੀਤਾ ਦੇਖ ਜਿਨ੍ਹਾਂ ਸਾਡੀਆਂ ਪੇਟੀਆਂ ਖੋਲੀਆਂ ਸਾਡੀਆਂ ਅਲਮਾਰੀਆਂ ਖੋਲੀਆਂ ਸਾਡੇ ਬਰਤਨ ਖੋਲੇ ਬਰਤਨ ਖੋਲੇ ਹੈ ਕੋਈ ਬਰਾਮਦ ਕਰੋ ਕੋਈ ਚੀਜ਼ ਲੱਭੀ ਹੈ ਕੋਈ ਦੱਸੋ ਮੈਨੂੰ ਪੇਟੀਆਂ 'ਚ ਸਾਡੀ ਦੱਸੋ ਕੀ ਹੈਗਾ ਤੁਹਾਡੇ 'ਤੇ ਬਲੇਮ ਲਾਏ ਆ ਵੀ ਤੁਸੀਂ ਆਪ ਹੀ ਲੋਕਾਂ ਨੂੰ ਦੱਸ ਦਿੰਦੇ ਸ਼ਰਾਬ ਵਿਕਦੀ ਕਿੱਥੇ ਕਿੱਥੇ ਹਾਂਜੀ ਬਿਲਕੁਲ ਕੋਈ ਸ਼ਿਕਾਇਤ ਦੱਸੋ ਅਤੇ ਅੱਜ ਕਿਸ ਆਧਾਰ 'ਤੇ ਤੁਸੀਂ ਇਹਨਾਂ 'ਤੇ ਛਾਪਾ ਮਾਰਿਆ ਇਹਨਾਂ ਦੇ ਘਰ 'ਚ ਹਾਂਜੀ ਤਲਾਸ਼ੀ ਲੈਣ ਤੇ ਤੁਹਾਨੂੰ ਕੀ ਲੱਗਾ ਅੱਜ ਕੀ ਬਰਾਮਦ ਹੋਇਆ ਠੀਕ ਆ ਪਰ ਘਰ ਵਾਲੇ ਨਾਲ ਤੁਹਾਡੇ ਤੇ ਇਲਜ਼ਾਮ ਵੀ ਹੈ ਕਿ ਤੁਸੀਂ ਪੈਸੇ ਲੈ ਕੇ ਮਹੱਲੇ 'ਚ ਸ਼ਰਾਬ ਜਿਹੜੀ ਪਕਾਉਂਦੇ ਨੇ ਉਹ ਤਾਂ ਤੁਸੀਂ ਦੱਸਣਾ ਨਾ ਇਹਦੇ ਬਾਰੇ ਦੱਸੋ ਜਦੋਂ ਇਸ ਰੇਟ ਦੇ ਸੰਬੰਧ ਵਿੱਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸਾਨੂੰ ਗੁਪਤ ਸੂਚਨਾ ਮਿਲੀ ਸੀ ਸੋ ਹੁਣ ਇਹਨਾਂ ਦੇ ਘਰ ਵਿੱਚੋਂ ਨਾਜਾਇਜ਼ ਸ਼ਰਾਬ ਜਾਂ ਹੋਰ ਕੋਈ ਵੀ ਸਮਾਨ ਨਹੀਂ ਮਿਲਿਆ ਇਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਮੀਡੀਆ ਨੇ ਜਦੋਂ ਪੁੱਛਿਆ ਕਿ ਤੁਸੀਂ ਇੱਕ ਇੱਜ਼ਤਦਾਰ ਪਰਿਵਾਰ 'ਤੇ ਇਸ ਤਰ੍ਹਾਂ ਛਾਪੇਮਾਰੀ ਕਰਕੇ ਉਸ ਨੂੰ ਬਦਨਾਮ ਕਿਉਂ ਕੀਤਾ ਉਹਨਾਂ ਕਿਹਾ ਕਿ ਇਹ ਸਾਡੀ ਡਿਊਟੀ ਹੈ ਅਤੇ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਘਰ ਵਾਲਿਆਂ ਦਾ ਕਹਿਣਾ ਵਾ ਵੀ ਨਜਾਇਜ਼ ਤੌਰ 'ਤੇ ਸਾਡੇ ਤਾਂ ਧੱਕਾ ਕੀਤਾ ਵਾ ਵੀ ਜਿਨ੍ਹਾਂ ਨੇ ਇਨਫੋਰਮੇਸ਼ਨ ਦੇ ਪੈਸੇ ਲੈ ਕੇ ਮਤਲਬ ਛੱਡ ਦਿੰਦੇ ਬੰਦੇ ਤਾਂ ਉੱਥੇ ਰੇਡ ਕਰ ਦੇਣੀ ਆ ਨਹੀਂ ਸਾਡੇ ਬਾਰੇ ਨਹੀਂ ਕਹਿ ਸਕਦੇ ਕੋਈ ਮੈਨੂੰ ਇਹਨਾਂ ਵੇਖਿਆ ਹੋਵੇ ਕਦੀ ਬੰਦੇ ਨੇ ਦੱਸਿਆ ਤੁਹਾਡੇ ਸਾਹਮਣੇ ਘਰ ਵਾਲੇ ਇਲਜ਼ਾਮ ਲਾ ਰਹੇ ਆਹ ਬੰਦੇ ਨੂੰ ਸਾਰਾ ਪਤਾ ਵਾ ਮੁਲਾਜ਼ਮ ਤੇ ਕੋਈ ਠੇਕੇ ਤਰ੍ਹਾਂ ਦਾ ਬੰਦਾ ਕਰਦਾ ਸਾਨੂੰ ਨੀ ਪਤਾ ਸਾਡਾ ਕੋਈ ਮੁਲਾਜ਼ਮ ਏਦਾਂ ਕਰਦਾ ਦੱਸੋ ਤੇ ਹੁਣ ਕੀ ਇਹਨਾਂ ਕੋ ਕੀ ਬਰਾਮਦ ਕੀ ਅੱਜ ਤਲਾਸ਼ੀ ਲੈਣ ਤੇ ਸਰਚ ਕੀਤੀ ਆ ਕੀ ਕਾਰਵਾਈ ਕਰੋਗੇ ਹੁਣ ਤੁਸੀਂ ਹਾਂਜੀ ਕੀ ਕਾਰਵਾਈ ਕਰੋਗੇ ਤੁਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਇਹਨਾਂ ਨੂੰ ਲਿਖ ਕੇ ਦੇ ਦਾਂਗੇ ਤੁਹਾਡੇ ਕੋਲ ਕੋਈ ਬਰਾਮਦ ਨਹੀਂ ਹੋਈ ਪਰ ਜਿਹੜੀ ਇੱਜ਼ਤਦਾਰ ਬੰਦੇ ਆ ਉਹਨਾਂ ਦੀ ਜਿਹੜੀ ਇਨਸਲਟ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆਪਾਂ ਇਨਸਲਟ ਕੋਈ ਕੀਤੀ ਨਹੀਂ ਬੜੇ ਨਹੀਂ ਵੇਖੋ ਇਨਸਲਟ ਤੇ ਜਿਹੜਾ ਸਮਝ ਬੰਦਾ ਵੇਚਦਾ ਹੀ ਨਹੀਂ ਜਿੱਥੇ ਨਸ਼ਾ ਵਿਕ ਰਿਹਾ ਉੱਥੇ ਤੁਸੀਂ ਗਏ ਨਹੀਂ ਆ ਤੇ ਹੁਣ ਤੁਸੀਂ ਨਜਾਇਜ਼ ਤੌਰ ਤੇ ਸਾਰੇ ਕਰਦੇ ਆ ਨਹੀਂ ਸਪੈਟ ਸਾਹਿਬ ਮੰਨ ਲਓ ਜੇ ਇਹਦੀ ਜਗ੍ਹਾ ਤੁਸੀਂ ਤੁਹਾਡੇ ਘਰ ਸ਼ਰੀਫ ਤੁਸੀਂ ਹੋਗੇ ਤੁਹਾਨੂੰ ਕੋਈ ਐਸੇ ਰੇਟ ਮਾਰੇ ਤੇ ਤੁਹਾਨੂੰ ਕੀ ਫੀਲ ਹੋਊਗਾ ਮੈਂ ਤਾਂ ਆਪਣੇ ਕਰਾ ਦੂੰਗਾ ਸਰਚ ਵੀ ਕਰ ਲਓ ਜੇ ਮੈਂ ਰੁਕੂੰਗਾ ਜਾ ਕੇ ਤੇ ਮੈਂ ਆਪ ਚੋਰ ਬਣੂੰਗਾ ਤੇ ਰੋਕਿਆ ਕਰਾ ਦੂੰਗਾ ਆਪਣਾ ਇਹਨਾਂ ਨੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਆਪਾਂ ਇਹਨਾਂ ਦੀ ਵੇਟ ਕੀਤੀ ਆ ਬੰਦਾ ਬਾਹਰ ਸੀਗਾ ਕਹਿੰਦਾ ਮੈਂ ਆ ਗਿਆ ਇਹਦੀ ਵੇਟ ਕਰਕੇ ਦੀ ਹਾਜ਼ਰੀ 'ਚ ਆਪਾਂ ਸਰਚ ਕਰ ਲਈ ਆ ਕੁਛ ਨਹੀਂ ਮਿਲਿਆ ਇਹਦੀ ਡਿਊਟੀ ਆ ਸਾਡੀ ਰੋਕਿਆ ਨਹੀਂ ਸਰ ਮੈਂ ਕਿਹਾ ਗੁਰਪਿਆਰੋ ਬੇਸ਼ੱਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਹੋਵੇ ਅਤੇ ਉਸ ਦੇ ਆਧਾਰ 'ਤੇ ਹੀ ਉਹਨਾਂ ਨੇ ਛਾਪੇਮਾਰੀ ਕੀਤੀ ਹੋਵੇ ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਜਿੱਥੇ ਵੀ ਕੋਈ ਅਜਿਹੀ ਇਤਲਾਹ ਪੁਲਿਸ ਅਤੇ ਪ੍ਰਸ਼ਾਸਨ ਨੂੰ ਕੀਤੀ ਜਾਂਦੀ ਹੈ ਉੱਥੇ ਉਹ ਜਾ ਕੇ ਪੁਸ਼ਟੀ ਜ਼ਰੂਰ ਕਰਦੇ ਨੇ ਕਿ ਕਿਤੇ ਦਾਲ ਵਿੱਚ ਕੁਝ ਕਾਲਾ ਤਾਂ ਨਹੀਂ ਹੈ ਪਰ ਨਾਲ ਹੀ ਪਰਿਵਾਰ ਨੇ ਜੋ ਇਲਜ਼ਾਮ ਲਗਾਏ ਨੇ ਕਿ ਇਲਾਕੇ ਦੇ ਵਿੱਚ ਹੀ ਬਹੁਤ ਸਾਰੇ ਸ਼ਰਾਬ ਵੇਚਣ ਵਾਲੇ ਅਜਿਹੇ ਨਾਜਾਇਜ਼ ਕਰਿੰਦੇ ਬੈਠੇ ਹੋਏ ਨੇ ਨਸ਼ਾ ਵੇਚਣ ਵਾਲੇ ਅਜਿਹੇ ਕਰਿੰਦੇ ਬੈਠੇ ਹੋਏ ਨੇ ਜਿੱਥੇ ਐਕਸਾਈਜ਼ ਵਿਭਾਗ ਦੇ ਲੋਕ ਜਾ ਕੇ ਪੈਸਾ ਖਾ ਕੇ ਪਰਤ ਆਉਂਦੇ ਨੇ ਇਹ ਵੀ ਵਿਸ਼ਾ ਵਿਚਾਰਨ ਵਾਲਾ ਹੈ ਇਸ ਦੇ ਉੱਤੇ ਵੀ ਤਪਤਿਸ਼ ਹੋਣੀ ਚਾਹੀਦੀ ਹੈ ਕਿ ਆਖਿਰ ਅਜਿਹੇ ਕਿਹੜੇ ਵਿਭਾਗ ਦੇ ਉਹ ਕਰਿੰਦੇ ਨੇ ਜਿਹੜੇ ਨਸ਼ਾ ਤਸਕਰਾਂ ਨੂੰ ਅਤੇ ਸ਼ਰਾਬ ਮਾਫੀਆ ਨੂੰ ਖੁੱਲ ਦੇ ਰਹੇ ਨੇ ਜਾਂ ਉਹਨਾਂ ਤੋਂ ਹਫ਼ਤਾ ਜਾਂ ਮਹੀਨਾ ਲੈ ਕੇ ਉਹਨਾਂ ਦਾ ਧੰਦਾ ਚਲਾਉਣ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡਬਾਣੀ ਵਾਸਤੇ ਜੰਡਿਆਲਾ ਗੁਰੂ ਤੋਂ ਅਸ਼ਨੀ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।
ਸ਼ਰਾਬ ਦਾ ਕੰਮ ਕਰਦਾ, ਇਹਨਾਂ ਦੇ ਕੋਲੋਂ ਕੁਛ ਵੀ ਨੀ ਬਰਾਮਦ ਹੋਇਆ। ਠੀਕ ਹੈ ਨਾ, ਦੋ ਘੰਟੇ ਸਾਡੇ ਘਰ ਰਹੇ ਆ, ਜਿੱਥੇ ਵੇਖਦੀ ਪਈ ਆ ਨਸ਼ਾ, ਜਿੱਥੇ ਵੇਖਦਾ ਪਿਆ ਉੱਥੇ ਇਹਨਾਂ ਕੋਲ ਫੜਿਆ ਨੀ ਜਾਂਦਾ। ਇਹਨਾਂ ਦੇ ਬੰਦੇ ਪੈਸੇ ਲੈ ਕੇ ਖੁਦ ਨਸ਼ਾ ਵਿਕਾਉਂਦੇ, ਮੈਂ ਕਹੂੰਗਾ ਪੈਸੇ ਚੜ੍ਹਦੇ ਪਏ ਆ ਜੀ। ਜਿਹੜੇ ਕਰਦੇ ਆ ਕ੍ਰਾਈਮ, ਉਹਨਾਂ ਨੂੰ ਫੜਿਆ ਜਾਵੇ, ਸਖ਼ਤ ਸਜ਼ਾ ਦਿੱਤੀ ਤੇ ਨਜਾਇਜ਼ ਬੰਦੇ ਨਾਲ ਧੱਕਾ ਨਾ ਕੀਤਾ ਜਾਵੇ। ਮੈਂ ਤੁਹਾਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਵਾ। ਠੀਕ ਆ ਨਾ, ਘਰੀਆਂ ਵਾ ਪਰ ਠੀਕ ਆ ਨਾ। ਕੀ ਗੱਲ ਹੋਈ ਆ? ਅਸੀਂ ਮੈਂ ਬਨੈਣਾ ਧੋਣ ਲੱਗੀ ਹਾਂ, ਮੈਂ ਮੁੰਡਾ ਘਰ ਨਹੀਂ ਸੀਗਾ, ਮੈਂ ਚੱਲੀ ਹਾਂ, ਮੈਂ ਇੱਥੇ ਮਰਗ ਹੋ ਗਈ ਹੈ ਜੀਤੇ ਦੀ। ਮੈਂ ਕੁੜੀ ਨੂੰ ਕਹਿੰਦੀ ਤੁਸੀਂ ਵੈਸੇ ਕਾਹਦਾ ਕੰਮ ਕਰਦੇ? ਅਸੀਂ ਇੱਟਾਂ ਵੇਚਦੇ ਹਾਂ। ਅੱਛਾ, ਤੇ ਧਰੇ ਤੇ ਕਿਉਂ ਸ਼ਰਾਬ? ਸਿਲਾਈ ਮਸ਼ੀਨਾਂ ਪਈਆਂ ਦੋ, ਅਸੀਂ ਘਰ ਮਿਹਨਤ ਕਰਨੇ ਆ। ਤੁਹਾਡੇ ਸਮਾਨ ਮਿਲਿਆ ਕੁਛ? ਸਮਾਨ ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਪੁੱਛੋ ਜਿਹਨਾਂ ਕੋਲ ਬਰਮਦ ਹੋਇਆ ਵਾ, ਇਹਨਾਂ ਕੋਲ ਪੁੱਛੋ। ਠੀਕ ਹੈ ਨਾ, ਇਹਨਾਂ ਨੂੰ ਪਤਾ ਸ਼ਾਸਨ ਤੇ ਕੀ ਮੰਗ ਕਰਦੇ? ਪਰ ਇਹ ਨਹੀਂ ਕਰਦੇ, ਸਾਨੂੰ ਨੰਗਿਆ ਕੀਤਾ ਉਹਨਾਂ ਨੇ, ਸਾਨੂੰ ਨੰਗਿਆ ਕੀਤਾ। ਠੀਕ, ਜਿਹਨਾਂ ਸਾਡੀਆਂ ਪੇਟੀਆਂ ਖੋਲੀਆਂ, ਸਾਡੀਆਂ ਅਲਮਾਰੀਆਂ ਖੋਲੀਆਂ, ਸਾਡੇ ਬੱਤਰ ਖੋਲੇ, ਬਰਤਨ ਖੋਲੇ ਆ, ਕੋਈ ਬਰਾਮਦ ਕਰੋ, ਕੋਈ ਚੀਜ਼ ਲੱਭੀ ਹੈ ਕੋਈ ਦੱਸੋ ਮੈਨੂੰ, ਪੇਟੀਆਂ 'ਚ ਸਾਡੀ ਦੱਸੋ ਕੀ ਹੈਗਾ। ਠੀਕ ਹੈ, ਤੁਹਾਡੇ 'ਤੇ ਬਲੇਮ ਲਾਏ ਆ ਵੀ ਤੁਸੀਂ ਆਪ ਹੀ ਲੋਕਾਂ ਨੂੰ ਦੱਸ ਦਿੰਦੇ ਸ਼ਰਾਬ ਤੁਹਾਡੇ 'ਤੇ ਬਲੇਮ ਲਾਏ ਆ ਵੀ ਤੁਸੀਂ ਆਪ ਹੀ ਲੋਕਾਂ ਨੂੰ ਦੱਸ ਦਿੰਦੇ ਸ਼ਰਾਬ ਵਿਕਦੀ ਕਿੱਥੇ ਕਿੱਥੇ। ਹਾਂਜੀ ਬਿਲਕੁਲ, ਕੁਛ ਕਹਿ ਦੱਸੋ ਤੇ ਅੱਜ ਕਿਸ ਆਧਾਰ ਤੇ ਤੁਸੀਂ ਇਹਨਾਂ ਦਾ ਛਾਪਾ ਮਾਰਿਆ ਇਹਨਾਂ ਦੇ ਘਰ 'ਚ? ਹਾਂਜੀ, ਤਲਾਸ਼ੀ ਲੈਣ ਤੇ ਤੁਹਾਨੂੰ ਕੀ ਲੱਗਾ ਅੱਜ? ਹਾਂਜੀ, ਕੀ ਬਰਾਮਦ ਹੋਇਆ? ਤਲਾਸ਼ੀ ਕੀਤੀ, ਮਿਲਾਵੀ ਤਲਾਸ਼ੀ ਦੀ 15 ਤਰੀਕੇ। ਠੀਕ ਆ, ਪਰ ਘਰ ਵਾਲਿਆਂ ਨਾਲ ਤੁਹਾਡੇ ਤੇ ਇਲਜ਼ਾਮ ਵੀ ਹੈ ਕਿ ਤੁਸੀਂ ਪੈਸੇ ਲੈ ਕੇ ਮਹੱਲੇ 'ਚ ਸ਼ਰਾਬ ਜਿਹੜੀ ਵਿਖਾਉਂਦੇ ਨੇ? ਉਹ ਤਾਂ ਤੁਸੀਂ ਦੱਸਣਾ, ਇਹਦੇ ਬਾਰੇ ਦੱਸੋ। ਹਾਂਜੀ,